2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਸੂਬੇ ਦੀ ਰਵਾਇਤੀ ਪਾਰਟੀਆਂ ਵਿੱਚ ਸਰਗਰਮੀ ਛਾਈ ਹੋਈ ਹੈ, ਉੱਥੇ ਨਵੀਆਂ ਬਣੀਆਂ ਪਾਰਟੀਆਂ ਨੇ ਵੀ ਆਪਣੀ ਕਮਰ ਪੂਰੀ ਤਰ੍ਹਾਂ ਕਸੀ ਹੋਈ ਹੈ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੋਗਾ ਵਿਖੇ ਪਾਰਟੀ ਦੇ ਵਰਕਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਸ਼ਬਦੀ ਹਮਲੇ ਬੋਲੇ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਦਲ ਨੂੰ ਇੱਕ ਨਿੱਜੀ ਕੰਪਨੀ ਬਣਾ ਦਿੱਤਾ, ਜਿਸ ਕਾਰਨ ਉਹਨਾਂ ਨੂੰ ਇਸ ਤੋਂ ਮੂੰਹ ਮੋੜਨਾ ਪਿਆ। ਅਸੀਂ ਤਾਂ ਅਕਾਲੀ ਦਲ ਨਾਲ ਰਹੇ ਹਾਂ ਅਤੇ ਅਕਾਲੀ ਦਲ ਦਾ ਪ੍ਰਧਾਨ ਬਾਦਲ ਸਾਹਿਬ ਸੀ, ਇਸ ਕਰਕੇ ਉਹਦੇ ਨਾਲ ਰਹੇ ਹਾਂ। ਅਤੇ ਹੁਣ ਵੀ ਅਸੀਂ ਜਿਹੜਾ ਵਾ ਅਕਾਲੀ ਦਲ ਦਾ ਸਤਿਕਾਰ ਕਰਦੇ ਹਾਂ। ਅਕਾਲੀ ਦਲ ਬਹੁਤ ਕੁਰਬਾਨੀ ਵਾਲੀ ਪਾਰਟੀ ਆ, ਲੇਕਿਨ ਬਾਦਲ ਦੇ ਆਉਣ ਤੋਂ ਬਾਅਦ ਜਾਂ ਇਹ ਦਾ ਜਿਹੜਾ ਆਏ ਨੇ ਬਗੀਚਾ ਸਾਹਿਬ, ਇਹਨਾਂ ਨੇ ਅਕਾਲੀ ਦਲ ਦੀ ਰਹਿਣ ਤਾਂ ਇੱਕ ਪ੍ਰਾਈਵੇਟ ਕੰਪਨੀ ਆਪਣੀ ਬਣਾ ਲਈ ਹੈ, ਔਰ ਜੋ ਮਨ ਦੇ ਵਿੱਚ ਆਇਆ ਉਹ ਕੀਤਾ, ਗਲਤੀਆਂ ਕੀਤੀਆਂ, ਬੇਵਕੂਫੀਆਂ ਕੀਤੀਆਂ, ਜਿਹੜਾ ਅਕਾਲੀ ਦਲ ਨੂੰ ਬਹੁਤ ਭਾਰੀ ਨੁਕਸਾਨ ਹੋਇਆ। ਅਤੇ ਔਰ ਰਿਜ਼ਲਟ ਇਹ ਆ ਕਿ 2018 'ਚ ਜਦੋਂ ਇਲੈਕਸ਼ਨ ਹੋਈਆਂ ਤੁਹਾਡੇ ਸਾਹਮਣੇ ਕਿਹੜੀ ਵੱਡੀ ਮੋਸ਼ਨ ਲੱਗਿਆ, ਬਿਲਕੁਲ ਵੀ ਆਦਾ ਸੀ ਹੋਰ ਥੋੜ੍ਹਾ ਚਿਹਰਾ ਸ਼ੁਰੂ ਹੋ ਗਿਆ ਆਪਣੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੀ ਬਣਾਈ। ਪਰ ਇਹ ਜਿੱਥੇ ਵੀ ਗਏ ਬਹੁਤ ਵੱਡਾ ਸਾਨੂੰ ਹੁੰਗਾਰਾ ਮਿਲਿਆ। ਸਾਨੂੰ ਤਾਂ ਲੱਗਦਾ ਵੀ ਇਹ ਕਈ ਸਾਲ ਪੁਰਾਣੀ ਪਾਰਟੀ ਬਣ ਗਈ, ਜਦੋਂ ਕਿ ਅਸੀਂ ਥੋੜ੍ਹੇ ਦਿਨ ਹੀ ਹੋਏ ਇਸ ਪਾਰਟੀ ਬਣਿਆ ਨੂੰ। ਲੋਕਾਂ ਦਾ ਬਹੁਤ ਵੱਡਾ ਹੋਇਆ, ਖਾਸ ਕਰਕੇ ਲੋਕ ਕਾਂਗਰਸ ਦੇ ਖਿਲਾਫ਼, ਔਰ ਬਾਦਲਕਿਆਂ ਦੇ ਖਿਲਾਫ਼ ਹੀ ਖਿਲਾਫ਼, ਬੱਚਾ ਖਿਲਾਫ਼ ਆ। ਲੋਕ ਤੀਜਾ ਬਦਲ ਚਾਹੁੰਦੇ ਨੇ, ਔਰ ਤੀਜੇ ਬਦਲ ਵਜੋਂ ਸਾਨੂੰ ਦੇਖਦੇ ਨੇ ਕਿ ਇਹ ਪਾਰਟੀ ਆ ਜਿਹੜੀ ਪਾਰਟੀ ਦੇ ਤੌਰ 'ਤੇ ਆ, ਇਹਨੂੰ ਕਰੀਏ ਉਹ ਕਰੀਏ ਸ਼ਾਇਦ ਇਹ ਕੋਈ ਖਿਲਾਫ਼।